ਹਾਂਜੀ ਦਾਰੂ ਬਾਰੇ ਜ਼ਰੂਰ ਲਿਖਿਓ, ਕਿਉਂਕਿ ਘੱਟ ਤੋਂ ਘੱਟ ਯਾਨੀ ਕਿ 150-200 ਦੀ ਬੋਤਲ ਹੋਣੀ ਚਾਹੀਦੀ, ਜਿਹੜਾ ਆਮ ਬੰਦਾ ਗਰੀਬ ਬੰਦਾ ਉਹ ਪੀ ਸਕੇ। ਭਾਈ ਸਰਕਾਰ ਨੂੰ ਇਹ ਚਾਹੀਦਾ, ਜਿਹੜੀ 400 ਦੀ ਬੋਤਲ ਇਹ ਨਹੀਂ ਕਰ ਦਿੱਤੀ, 20 ਰੁਪਈਏ ਹੋਰ ਚੱਕ ਦਿੱਤੀ, 200 ਦੀ ਹੋਣੀ ਚਾਹੀਦੀ ਆ। ਲਓ ਜੀ ਇੱਕ ਹੋਰ ਮੰਗ ਆਈ ਆ ਪਿੰਡ ਵਾਸੀ ਵੱਲੋਂ। ਹਾਂਜੀ ਕੀ ਨਾਮ ਤੁਹਾਡਾ ਜੀ? ਅਸੀਂ ਤਾਂ ਕੁਛ ਨਹੀਂ ਬੋਲਣਾ। ਹਾਂਜੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਭਾਈ ਸਰਕਾਰ ਨੂੰ ਇਹ ਚਾਹੀਦਾ, ਜਿਹੜੀ 400 ਦੀ ਬੋਤਲ ਇਹ ਨਹੀਂ ਕਰ ਦਿੱਤੀ, 20 ਰੁਪਈਏ ਹੋਰ ਚੱਕ ਦਿੱਤੀ, 200 ਦੀ ਹੋਣੀ ਚਾਹੀਦੀ ਆ। ਆਮ ਬੰਦਾ ਨਸ਼ਿਆਂ ਤੋਂ ਬਚੂਗਾ, ਠੀਕ ਹੈ, ਬਾਕੀ ਨਸ਼ੇ ਨਾ ਕਰਨ, ਹੈ ਨਾ। ਖਾਲੀ ਦਾਰੂ ਪੀ ਜਾਣੇ ਤਾਂ ਆਮ ਖੁੱਲ੍ਹੇ ਹੀ ਹੈ, ਬਸ ਇੰਨਾ ਹੀ ਆਪਣਾ ਤਾਂ ਕਹਿਣਾ। ਅੱਗੇ ਜਦੋਂ ਭਗਵੰਤ ਮਾਨ ਸਰਕਾਰ ਨੇ ਸਸਤੀ ਕੀਤੀ ਸੀ ਦਾਰੂ, ਅਤੇ ਠੇਕਿਆਂ ਤੋਂ ਸਗੋਂ ਦੁੱਗਣਾ ਰਾਸ਼ੂ ਪੈ ਗਿਆ ਸੀ। ਹਾਂ ਉਹ ਵਧੀਆ ਕੀਤਾ ਸੀ, ਆਮ ਬੰਦਾ ਦਾਰੂ ਪੀਂਦਾ ਸੀ, ਦੂਜੇ ਨਸ਼ੇ ਵੱਲ ਨੂੰ ਨਹੀਂ ਸੀ ਕੋਈ ਦੇਖਦਾ, ਚਿੱਟਾ ਹੋਰ ਕੋਈ ਡੋਡੇ ਫੀਮ ਇੱਧਰ ਨੂੰ ਬੰਦੇ ਘੱਟ ਜਾਣੀ ਕਿ ਜਾਂਦੇ ਸੀ। ਤੁਹਾਡੇ ਪਿੰਡ 'ਚ ਹੈਗਾ ਠੇਕਾ ਕੋਈ? ਕੋਈ ਠੇਕਾ ਨਹੀਂ ਸਾਡੇ ਪਿੰਡ 'ਚ। ਹੋਣਾ ਚਾਹੀਦਾ? ਨਹੀਂ, ਸਾਡੇ ਤਾਂ ਆਲੇ ਦੁਆਲੇ ਠੇਕੇ ਹੈਗੇ ਹੀ ਆ। ਹਾਂਜੀ ਭਾਈ ਸਾਹਿਬ, ਹਾਂਜੀ ਕੀ ਕਹੋ? ਦਾਰੂ ਬਾਰੇ ਜ਼ਰੂਰ ਲਿਖਿਓ, ਕਿਉਂਕਿ ਘੱਟ ਤੋਂ ਘੱਟ ਯਾਨੀ ਕਿ 150-200 ਦੀ ਬੋਤਲ ਹੋਣੀ ਚਾਹੀਦੀ, ਜਿਹੜਾ ਆਮ ਬੰਦਾ ਗਰੀਬ ਬੰਦਾ ਉਹ ਪੀ ਸਕੇ, ਦੂਜੇ ਨਸ਼ੇ ਨਾ ਕਰਨ। ਕਿਉਂ ਸਾਡੀ ਤਾਂ ਇਹੀ ਆ, ਗਰੀਬ ਬੰਦੇ ਦੀ ਇਹੀ ਮੰਗ ਹੁੰਦੀ ਆ, 400 ਦੀ ਬੋਤਲ ਹੋ ਗਈ, ਪਹਿਲਾਂ 200 ਦੀ ਬੋਤਲ ਹੁੰਦੀ ਸੀ, ਬਸ ਸਾਡਾ ਪੀਣੀ ਕੋਈ ਜ਼ਰੂਰੀ ਆ? ਇਸਦੇ ਵਿੱਚ ਕੀ ਹੈਗਾ ਖਾਸੀਅਤ? ਨਹੀਂ ਜੇ ਬੰਦਾ ਫੀਮ ਡੋਡੇ ਚਿੱਟਾ ਨਾ ਖਾਣ ਦੇ ਕਰਕੇ ਫਿਰ ਅਗਲਾ ਚਲੋ 50-100 ਰੁਪਏ ਦੀ ਪੀ ਕੇ ਤਾਂ ਆਪਣੇ ਉਹਦਾ ਸਰ ਜਾਂਦਾ ਆ। ਨਸ਼ੇੜੀ ਤਾਂ ਕਹਿਣਗੇ ਚਿੱਟਾ ਸਸਤਾ ਕਰ ਦਿਓ। ਨਹੀਂ ਨਹੀਂ ਅਸੀਂ ਦਾਰੂ ਵੇਲੇ ਕਹਾਂਗੇ, ਅਸੀਂ ਬਾਕੀ ਨਸ਼ਿਆਂ ਬਾਰੇ ਨਹੀਂ ਕੁਛ ਵੀ ਕਹਿ ਸਕਦੇ। ਹਾਂ ਗੁਰਦੁਆਰਾ ਸਾਹਿਬ ਅਤੇ ਮੰਦਰ ਕਿੰਨੇ ਕੁ ਬਣੇ ਬਣ ਚੁੱਕੇ ਜੀ? ਇੱਕ ਆਪਣੇ ਗੁਰਦੁਆਰਾ ਸਾਹਿਬ ਆ ਜੀ, ਇੱਕ ਸ਼ਿਵਾਂ ਦਾ ਮੰਦਰ ਵਾ, ਇੱਕ ਬਾਬਾ ਬਾਲਕ ਨਾਥ ਦਾ, ਇੱਕ ਉੱਥੇ ਕਸੂੜੀ ਮਸਜਿਦ ਵਾ ਇੱਕ। ਮਸ਼ਹੂਰ ਮੰਦਰ ਆ ਜੀ ਸਾਡੇ ਆਪਣੇ। ਕਿਹੜਾ ਜੀ? ਆਪਣੇ ਬਾਬਾ ਬਾਲਕ ਨਾਥ ਜੀ ਦਾ ਪੁਰਾਤਨ ਮੰਦਰ ਵਾ, ਬਹੁਤ ਵਧੀਆ ਪੁਰਾਤਨ ਮੰਦਰ ਆ ਸਾਡੇ ਜੀ। ਹਾਂਜੀ ਹਾਂਜੀ। ਕਿੰਨੇ ਕੁ ਸਾਲ ਪੁਰਾਣਾ? ਇਹ ਤਾਂ ਬਹੁਤ ਡੇ ਸਾਤੋ, ਸਾਰੀਆਂ ਸੁਰਤਾਂ ਤੋਂ ਸਾਡੇ ਭਾਪੇ ਉਹਨਾਂ ਦੇ ਤੁਸੀਂ ਪਹਿਲਾਂ। ਬਾਕੀ ਸ਼ਿਵਾਂ ਦਾ ਮੰਦਰ ਆ ਜੀ, ਇਹ ਵੀ ਬਹੁਤ ਪੁਰਾਣਾ ਹੈ ਜੀ, ਅਤੇ ਗੁਰਦੁਆਰਾ ਸਾਹਿਬ ਵੀ ਸਾਡਾ ਬਹੁਤ ਵਧੀਆ ਹੈ ਜੀ, ਬਹੁਤ ਇਹ ਪੁਰਾਣਾ ਹੀ ਹੈ ਵੀ। ਜਾਣਕਾਰੀ ਹਾਸਲ ਕਰਨ ਲਈ ਪਹੁੰਚੇ ਹਾਂ ਪਿੰਡ ਪਰਸੋਵਾਲ, ਅਤੇ ਪਰਸੋਵਾਲ ਦੇ ਪਿੰਡ ਵਾਸੀ ਅਤੇ ਮੈਂਬਰ ਪੰਚਾਇਤ ਸਾਡੇ ਨਾਲ ਮੌਜੂਦ ਨੇ, ਅਤੇ ਇੱਕ ਸੱਥ ਲੱਗੀ ਹੋਈ ਆ ਜਿੱਥੇ ਆਨੰਦ ਮਾਣ ਰਹੇ ਨੇ ਤਾਸ਼ ਖੇਡ ਕੇ। ਜਿੱਦਾਂ ਗਰਾਊਂਡ ਦੀ ਸਾਨੂੰ ਸੜਕ ਹੈ ਨਹੀਂ, ਕਈ ਘਰਾਂ ਨੂੰ ਵੀ ਹਲੇ ਸੜਕਾਂ ਦਾ ਰਹਿੰਦਾ ਜੀ ਕੰਮ, ਅਤੇ ਬਾਕੀ ਸਕੂਲ ਦੀ ਬਿਲਡਿੰਗ ਵਾਸਤੇ ਵੀ ਸਾਨੂੰ ਪੈਸੇ ਚਾਹੀਦੇ, ਫਰਸ਼ਬੰਦੀ ਵਾਸਤੇ ਵੀ ਚਾਹੀਦੇ। ਮੰਗਾਂ ਤਾਂ ਅਸੀਂ ਜਿੰਨੀ ਵਾਰ ਵੀ ਆਉਂਦੇ ਲਿਖ ਲਿਖ ਕੇ ਭੇਜਦੇ ਹਾਂ, ਪਰ ਜਿੰਨਾ ਕੁ ਸਾਨੂੰ ਮਿਲਿਆ ਉਨਾ ਕੁ ਹੀ ਕੰਮ ਹੋਇਆ। ਅਤੇ ਬਾਕੀ ਸਾਡਾ ਸ਼ਮਸ਼ਾਨ ਘਾਟ ਦਾ, ਸਾਡਾ ਟੋਭਿਆਂ ਦਾ ਵੀ ਕੰਮ ਕਾਫੀ ਅਧੂਰੇ ਰਹਿੰਦੇ। ਪਿੰਡਾਂ ਦੀ ਕੀ ਰੂਪਰੇਖਾ ਅਖਤਿਆਰ ਕੀਤੀ ਗਈ ਆ? ਪੰਚਾਇਤਾਂ ਵੱਲੋਂ ਕੀ ਕੰਮ ਕੀਤੇ ਗਏ ਨੇ? ਸਰਕਾਰ ਵੱਲੋਂ ਕੀ ਆਦੇਸ਼ ਦਿੱਤੇ ਗਏ ਨੇ ਪਿੰਡਾਂ ਦੀ ਪੰਚਾਇਤ ਨੂੰ? ਇਹ ਸਾਰੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਪਹੁੰਚੇ ਹਾਂ ਪਿੰਡ ਪਰਸੋਵਾਲ, ਅਤੇ ਪਰਸੋਵਾਲ ਦੇ ਪਿੰਡ ਵਾਸੀ ਅਤੇ ਮੈਂਬਰ ਪੰਚਾਇਤ ਸਾਡੇ ਨਾਲ ਮੌਜੂਦ ਨੇ, ਅਤੇ ਇੱਕ ਸੱਥ ਲੱਗੀ ਹੋਈ ਆ ਜਿੱਥੇ ਆਨੰਦ ਮਾਣ ਰਹੇ ਨੇ ਤਾਸ਼ ਖੇਡ ਕੇ। ਅਤੇ ਸਰ ਕੀ ਨਾਮ ਹੈ ਜੀ? ਮਦਨ ਲਾਲ ਜੀ। ਮਦਨ ਲਾਲ, ਮਦਨ ਲਾਲ ਜੀ ਮੈਂਬਰ ਪੰਚਾਇਤ ਹੋ ਪਿੰਡ ਦੇ? ਹਾਂਜੀ ਹਾਂਜੀ ਹਾਂਜੀ। ਕਿੱਦਾਂ ਦਾ ਵਿਕਾਸ ਰਿਹਾ ਹੁਣ ਤੱਕ ਪਹਿਲੀਆਂ ਪੰਚਾਇਤਾਂ ਦੇ ਨਾਲੋਂ? ਐਤਕੀ ਵਧੀਆ ਵਿਕਾਸ ਹੋਇਆ ਜੀ, ਹਜੇ ਵੀ ਕੰਮ ਕਈ ਅਧੂਰੇ ਰਹਿੰਦੇ ਆ। ਮੇਨ ਜਿੱਦਾਂ ਸਾਡੇ ਪੁਲ ਦੀ ਸਮੱਸਿਆ, ਸਾਡੇ ਆ ਮੇਨ ਸੜਕ 'ਤੇ, ਜਦੋਂ ਬਰਸਾਤ ਪੈਂਦੀ ਤਾਂ ਬੱਚੇ ਸਕੂਲ ਨਹੀਂ ਬੋਲੋ ਜਾ ਪੈਂਦੇ। ਵਾਟਰ ਸਪਲਾਈ ਦਾ ਸਾਨੂੰ ਟੂਬਲ ਜ਼ਰੂਰੀ ਆ, ਉਹ ਸਾਨੂੰ ਪਾਣੀ ਨਹੀਂ ਪੂਰਾ ਹੁੰਦਾ। ਅੱਛਾ ਜੀ।
ਤੇ ਟੈਂਕੀ ਲੱਗੀ ਵਾਟਰ ਸਪਲਾਈ ਦਾ? ਬੋਰ ਮਨਜ਼ੂਰ ਹੋਇਆ ਸੀ, ਉਹ ਲੱਗਾ ਹੀ ਨਹੀਂ ਅੱਜ ਤੱਕ ਕੁਕਰਾ, ਪਰਸੋਂ ਦਾ ਸਾਂਝਾ ਹੋਇਆ ਸੀ ਮਨਜ਼ੂਰ, ਉਹ ਨਹੀਂ ਹਜੇ ਤੱਕ ਹੋਇਆ ਜੀ। ਅਤੇ ਬਾਕੀ ਸਾਡਾ ਸ਼ਮਸ਼ਾਨ ਘਾਟ ਦਾ, ਸਾਡਾ ਟੋਭਿਆਂ ਦਾ ਵੀ ਕੰਮ ਕਾਫੀ ਅਧੂਰੇ ਰਹਿੰਦੇ। ਬਾਕੀ ਜਿੰਨਾ ਪੈਸਾ ਆਇਆ ਵਧੀਆ ਢੰਗ ਨਾਲ ਲੱਗਾ, ਅਤੇ ਹੁਣ ਤੱਕ ਜਿੰਨਾ ਕੁ ਵਿਕਾਸ ਹੋਇਆ, ਪਾਈਪਲਾਈਨ ਨਵੇਂ ਹਲੇ ਸਾਡੀ ਕਈ ਅਧੂਰੀਆਂ ਰਹਿੰਦੀਆਂ, ਜਿੱਦਾਂ ਗਰਾਊਂਡ ਦੀ ਸਾਨੂੰ ਸੜਕ ਹੈ ਨਹੀਂ, ਕਈ ਘਰਾਂ ਨੂੰ ਵੀ ਹਲੇ ਸੜਕਾਂ ਦਾ ਰਹਿੰਦਾ ਜੀ ਕੰਮ। ਅਤੇ ਬਾਕੀ ਸਕੂਲ ਦੀ ਬਿਲਡਿੰਗ ਵਾਸਤੇ ਵੀ ਸਾਨੂੰ ਪੈਸੇ ਚਾਹੀਦੇ, ਫਰਸ਼ਬੰਦੀ ਵਾਸਤੇ ਵੀ ਚਾਹੀਦੇ। ਮੰਗਾਂ ਤਾਂ ਅਸੀਂ ਜਿੰਨੀ ਵਾਰ ਵੀ ਆਉਂਦੇ ਲਿਖ ਲਿਖ ਕੇ ਭੇਜਦੇ ਹਾਂ, ਪਰ ਜਿੰਨਾ ਕੁ ਸਾਨੂੰ ਮਿਲਿਆ ਉਨਾ ਕੁ ਹੀ ਕੰਮ ਹੋਇਆ। ਅਸੀਂ ਕਹਿੰਦੇ ਵੀ ਸਾਡੇ ਜਿਹੜੇ ਮੇਨ ਸੜਕ ਹੀ ਖਰਾਬ ਆ, ਜੇ ਚੱਬਿਆਲ ਤੋਂ ਬਸੀ ਤੱਕ ਉਹ ਪੱਕੀ ਹੋਣੀ ਚਾਹੀਦੀ, ਆ ਸਾਡੀ ਲਹਿਰੀ ਨੂੰ ਵਾ ਮਾਤਾ ਦੇ ਮੰਦਰ ਨੂੰ ਇਹ ਸੜਕ ਨਹੀਂ ਬਣ ਰਹੀ। ਅਤੇ ਬਾਕੀ ਸ਼ਮਸ਼ਾਨ ਘਾਟ ਆ, ਉਹਦਾ ਕੋਈ ਸਾਡਾ ਬੁਰਾ ਹਾਲ ਆ, ਹੋਰ ਵੀ ਕਈ ਸਮੱਸਿਆਵਾਂ ਹੈਗੀਆਂ ਜੀ। ਬਾਕੀ ਕਹਿੰਦੀ ਤੁਸੀਂ ਦੱਸੋ ਜਿਹੜਾ ਚੋ ਇੱਥੇ ਵਗਦਾ ਨਾਲ ਪਿੰਡ ਦੇ, ਬਰਸਾਤਾਂ ਦੇ ਵਿੱਚ ਕਿਹੋ ਜਿਹਾ ਇੱਥੇ ਮਾਹੌਲ ਹੁੰਦਾ, ਕਿੱਦਾਂ ਚੋ ਨੂੰ ਪਾਰ ਕੀਤਾ ਜਾ ਸਕਦਾ? ਨਹੀਂ ਕੀਤਾ ਜਾ ਸਕਦਾ ਜੀ, ਉਸ ਵੇਲੇ ਸਾਰੀ ਆਵਾਜਾਈ ਸਾਡੇ 11 ਪਿੰਡਾਂ ਦੀ ਆਵਾਜਾਈ ਠੱਪ ਹੋ ਜਾਂਦੀ। ਅੱਛਾ, ਇਹ ਪੁਲ ਜ਼ਰੂਰੀ ਹੈ ਜੀ, ਜਦੋਂ ਬਰਸਾਤ ਆਉਂਦੀ ਫਿਰ ਇੱਥੋਂ ਬੱਚੇ ਵੀ ਨਹੀਂ ਸਕੂਲ ਜਾ ਪਾਉਂਦੇ, ਕੋਈ ਬੱਸ ਨਹੀਂ, ਕੋਈ ਗੱਡੀ ਨਹੀਂ, ਕਿਸੇ ਆਉਣਾ ਜਾਣਾ ਕਿਸੇ ਪਾਸੇ ਕੋਈ ਰਾਹ ਨਹੀਂ, ਇਹ ਪੁਲ ਦਾ ਬਣਨਾ ਜ਼ਰੂਰੀ ਹੈ ਜੀ। ਇਸ ਬਾਰੇ ਗੱਲਬਾਤ ਹੋਈ ਹੈ, ਇੱਥੋਂ ਦੇ ਪਹਿਲਾਂ ਵਿਧਾਇਕ ਰਹਿ ਚੁੱਕੇ ਨੇ ਡਾਕਟਰ ਰਾਜ ਕੁਮਾਰ ਸੀ, ਉਹ ਕਹਿੰਦੇ ਹੁਣ ਕਰਾਂਗੇ, ਹੁਣ ਫਿਰ ਉਹਨਾਂ ਨੂੰ ਕਿਹਾ ਸੀ ਕਿ ਸਾਡੀ ਮੰਗ ਮੇਨ ਇਹ ਸਾਡੇ ਪੁਲ ਬਣਨਾ ਚਾਹੀਦਾ। ਅਤੇ ਬਾਕੀ ਪਾਣੀ ਵਾਲਾ ਸਾਡਾ ਜ਼ਰੂਰੀ ਹੈ, ਟਾਂਕੀ ਦਾ ਪਾਣੀ ਸਾਨੂੰ ਬਹੁਤ ਦਿੱਕਤ ਹੈ, ਪਾਣੀ ਆਉਂਦਾ ਹੀ ਨਹੀਂ, 4 ਪਿੰਡਾਂ ਨੂੰ ਇੱਕ ਦਿੱਤਾ ਜਡੋਲੀ, ਉੱਥੋਂ ਸਾਡਾ ਪੂਰਾ ਪਾਣੀ ਦਿੰਦੇ ਨਹੀਂ ਸਾਨੂੰ, 1 ਘੰਟਾ ਕੁ ਪਾਣੀ ਛੱਡਦੇ, ਬਾਕੀ ਸਾਰਾ ਅੱਜ ਦੇ ਰਹਿ ਜਾਂਦਾ। ਕਾਫੀ ਹੱਦ ਤੱਕ ਵਿਕਾਸ ਹੋ ਚੁੱਕੇ ਨੇ, ਪਰ ਵਿਕਾਸਾਂ ਦੀ ਅਜੇ ਕਮੀ ਹੈ। ਪਿੰਡ ਹੁਸ਼ਿਆਰਪੁਰ ਤੋਂ ਕਾਫੀ ਹਟਵਾਂ ਪੈਂਦਾ, ਚੱਬੇਆਲ ਤੋਂ ਵੀ ਕਾਫੀ ਹਟਵਾਂ ਪੈਂਦਾ, ਕਿੰਨਾ ਪੈ ਜਾਂਦਾ ਚੱਬੇਆਲ ਤੋਂ? 5 ਕਿਲੋਮੀਟਰ ਪੈਂਦਾ ਜੀ। 5 ਕਿਲੋਮੀਟਰ ਪਿੰਡ ਪੈ ਜਾਂਦਾ, ਅਤੇ ਕਿੱਥੇ ਦੇਖਦੇ ਹੋ ਕਿ ਕਮੀਆਂ ਜਿਹੜੀਆਂ ਰਹੀਆਂ ਨੇ, ਕੀ ਕਾਰਨ ਨੇ ਇਸ ਚੀਜ਼ ਦੇ? ਕੁਛ ਮੇਨ ਕਾਰਨ ਤਾਂ ਇਹ ਆ ਜੀ, ਸੈਂਟਰ ਤੋਂ ਸਾਡੇ ਜਿੰਨੇ ਵੀ MP ਬਣੇ, ਹਾਂਜੀ ਹਾਂਜੀ, ਫੈਕਟਰੀ ਨਹੀਂ, ਸਾਡੇ ਬੱਚਿਆਂ ਦਾ ਕੋਈ ਰੁਜ਼ਗਾਰ ਦਾ ਪ੍ਰਬੰਧ ਨਹੀਂ ਹੋਇਆ ਇੱਥੇ। MP ਸਾਡੇ ਇੱਥੇ ਦਿੱਲੀ ਨੂੰ ਜਿੱਤ ਕੇ ਚਲ ਜਾਂਦੇ ਆ, ਕਦੇ ਕਿਸੇ ਨੇ ਸਾਰੇ ਨਹੀਂ ਵੀ ਇੱਥੇ ਬੱਚਿਆਂ ਨੂੰ ਕੋਈ ਫੈਕਟਰੀਆਂ, ਕੋਈ ਇੰਡਸਟਰੀ ਲੱਗੇ ਜਾਂ ਜਿਹਦੇ ਨਾਲ ਬੱਚਿਆਂ ਨੂੰ ਰੁਜ਼ਗਾਰ ਦਾ ਸਾਧਨ ਬਣੇ। ਰੁਜ਼ਗਾਰ ਦਾ ਸਾਧਨ ਹੈ ਨਹੀਂ ਮੇਨ, ਹੁਣ 10-12 ਕਿਲੋਮੀਟਰ ਦੇ ਜਾਂਦੇ ਆ ਬੱਚੇ, ਪਰ ਉੱਥੇ ਵੀ ਹੁਣ ਕੰਮ ਕਈ ਵਾਰ ਨਹੀਂ ਮਿਲਦਾ, ਬੱਚਿਆਂ ਦੀ ਰੁਜ਼ਗਾਰ ਦੀ ਬਹੁਤ ਤੰਗੀ ਹੈ। ਕਾਰੋਬਾਰ ਲਈ ਬੱਚੇ 10-15 ਕਿਲੋਮੀਟਰ ਦੂਰ ਜਾਂਦੇ ਨੇ, ਅਤੇ ਜਾਂਦੇ ਕਿਸ ਚੀਜ਼ 'ਤੇ ਨੇ? ਬੱਸਾਂ ਲੱਗੀਆਂ ਪਿੰਡ ਦੇ ਵਿੱਚ? ਬੱਸਾਂ ਤਾਂ ਹੈਗੀਆਂ ਜੀ, ਬੱਸਾਂ ਤਾਂ ਆਉਂਦੀਆਂ ਜਾਂਦੀਆਂ, ਪ੍ਰਾਈਵੇਟ ਹੀ ਬੱਸਾਂ, ਹਾਂਜੀ ਹਾਂਜੀ। ਹਾਂਜੀ, ਕੀ ਕਹਿਣਾ ਚਾਹੋ, ਕੀ ਨਾਮ ਜੀ ਤੁਹਾਡਾ? ਮੈਂ ਨਹੀਂ ਕੁਛ ਵੀ ਕਹਿਣਾ ਚਾਹੁੰਦਾ। ਹਾਂਜੀ ਹਾਂਜੀ ਸਰ, ਹਾਂਜੀ ਹਾਂਜੀ, ਕੀ ਨਾਮ ਹੈ ਜੀ? ਮਦਨ ਲਾਲ ਜੀ। ਹਾਂਜੀ, ਕਿਹੜੇ ਪਿੰਡ ਤੋਂ? ਕਿਹੜੇ ਪਿੰਡ ਤੋਂ? ਇੱਥੋਂ ਪਰਸਵਾਲ ਤੋਂ ਜੀ। ਪਰਸਵਾਲ ਤੋਂ, ਕੀ ਕਹਿਣਾ ਚਾਹੋਗੇ? ਇਹ ਸਾਡੇ ਪਿੰਡ ਲਾਈਟਾਂ ਲੱਗੀਆਂ ਹੈਗੀਆਂ ਜੀ, 6 ਮਹੀਨੇ ਜਗੀਆਂ, ਫਿਰ ਬੰਦ ਹੋ ਗਈਆਂ, ਮੁੜ ਕੇ ਇਹ ਮੁੜ ਕੇ ਪੰਚਾਇਤ ਨੇ ਠੀਕ ਕਰਾਈਆਂ, ਹੁਣ ਪਤਾ ਨਹੀਂ ਜਗਦੀਆਂ ਕਿ ਨਹੀਂ ਜਗਦੀਆਂ। 6 ਮਹੀਨੇ ਜਗੀਆਂ ਸਿਰਫ, 6 ਮਹੀਨੇ 6 ਮਹੀਨੇ ਜਗੀਆਂ। ਇਹ ਮੈਂ 1.5 ਲੱਖ ਰੁਪਈਆ ਆਇਆ ਹਾਂ ਲਾਈਟਾਂ ਲਈ। ਅੱਛਾ, ਹਾਂ ਜੀ, ਇਹ BDO ਸਾਹਿਬ ਨੇ ਲਵਾਈਆਂ ਹੈਗੀਆਂ, ਇਹ ਪਤਾ ਨਹੀਂ ਇਹ ਕਿਆ ਕਰਦੇ ਆ ਕਿਆ ਨਹੀਂ ਕਰਦੇ। ਹਾਂ ਜੀ, ਆਹੋ ਜਿਹੜੀ ਆ ਮਸਲਾ ਉਹ ਦੱਸੋ। ਆਹੋ ਆਹੋ ਲਾਈਟਾਂ, ਆਹੋ ਵਿਕਾਸ ਕੋਈ ਨਹੀਂ ਸਾਡੇ ਪਿੰਡ,
ਗਲੀਆਂ ਨਾਲੀਆਂ ਤੱਕ ਹੀ ਸੀਮਤ ਹੋ ਤੇ ਹੋਰ ਕਿੱਦਾਂ ਦਾ ਵਿਕਾਸ ਚਾਹੁੰਦੇ ਹੋ? ਕੋਈ ਨਹੀਂ ਵਿਕਾਸ ਨਹੀਂ ਹੁੰਦਾ ਜੀ, ਚੱਕ ਇਹ ਨਿਆਏ ਰੁਜ਼ਗਾਰ ਨਹੀਂ, ਕੁਛ ਨਹੀਂ ਹੈਗਾ, ਇਹ ਕਾਹਦਾ ਵਿਕਾਸ ਹੋਇਆ ਜੀ? ਸੰਸਦਾਈ ਤੋਂ ਲੈ ਕੇ ਸਾਡੇ ਪਿੰਡ ਨਾ ਕੋਈ ਡਿਸਪੈਂਸਰੀ ਨਾ ਕੋਈ ਇੱਥੇ ਕੋਈ ਸਹੂਲਤ ਆ, ਸਾਡੀ ਸੜਕ ਚੱਬਿਆ ਟੁੱਟੀ ਰਹਿੰਦੀ ਸਦਾ ਜੀ। ਅੱਛਾ ਜੀ, ਦੱਸੋ ਕੀ ਕਰੂੰਗਾ ਇੱਥੇ? ਨਿਆਏ ਸਾਈਕਲ 'ਤੇ ਜਾਂਦੇ ਦੁਬਾਰਾ ਨੂੰ ਵਿਚਾਰੇ, ਇੰਨ ਪਾਣੀ ਵੀ ਨਹੀਂ ਕਿਤੇ ਬਾਟੇ ਪੀਣੇ ਨੂੰ ਨਿਆਏ ਵਾਸਤੇ। ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਸੀ, ਸਿਹਤ ਨੂੰ ਲੈ ਕੇ ਡਿਸਪੈਂਸਰੀਆਂ ਮੁਹੱਲਾ ਕਲੀਨਿਕਾਂ ਖੋਲੀਆਂ ਗਈਆਂ ਸੀ, ਅਤੇ ਤੁਹਾਡੇ ਪਿੰਡ ਦੀ ਇਹ ਕੁਛ ਨਹੀਂ? ਕੋਈ ਨਹੀਂ ਜੀ, ਲੈ ਇੱਥੇ ਤਾਂ ਮੈਂ ਤੁਹਾਨੂੰ ਦੱਸਦਾ, ਗਲੀਆਂ ਹੀ ਆ, ਸਾਡੇ ਪਿੰਡ 'ਚ ਵਿਕਾਸ ਹੁੰਦਾ ਜਿਹੜਾ ਮਰਜ਼ੀ ਸਰਪੰਚ ਆਵੇ, ਇਹ ਤੋਂ ਬਗੈਰ ਕੋਈ ਵਿਕਾਸ ਨਹੀਂ ਸਾਡੇ ਪਿੰਡ ਦਾ, ਸਿੱਧੀ ਗੱਲ ਵਾ। ਜਦੋਂ ਵੋਟਾਂ ਲੈਣ ਆਉਂਦੇ ਉਸ ਲਈ ਗੱਲ ਨਹੀਂ ਹੁੰਦੀ, ਅਗਲੇ ਚੌਗਾ ਬਾਂਧੇ ਚੱਲ ਜਾਂਦੇ ਆ, ਉੱਥੇ ਕੀ ਆ, ਸਿੱਧੀ ਗੱਲ ਵਾ। ਹਾਂ, ਇਹਨਾਂ ਤਾਂ ਵੋਟ ਚਾਹੀਦੀ ਆ, ਜਿੰਨੀ ਵਾਰ ਵੀ ਦਿੱਤੀ ਦੇਖ ਲਓ, ਸੰਸਦਾਈ ਦੁਆ ਲੈ ਕੇ ਆ, ਸਾਡੇ ਪਿੰਡ ਦਾ ਵਿਕਾਸ ਇਹੀ ਆ, ਗਲੀਆਂ ਹੀ ਆ। ਅਤੇ ਜਦੋਂ ਕੋਈ ਪਿੰਡ ਦੇ ਵਿੱਚੋਂ ਬਿਮਾਰ ਠਮਾਰ ਹੁੰਦਾ ਤਾਂ ਫਿਰ ਕਿੱਥੇ ਲੈ ਕੇ ਜਾਂਦੇ ਉਹਨਾਂ ਨੂੰ? ਹੁਸ਼ਿਆਰਪੁਰ ਲੈ ਕੇ ਜਾਣਾ ਪੈਣਾ ਜੀ, ਉਹਦਾ ਗੱਡੀ ਕਦੇ ਕਰਾਏ ਤੇ? ਅੱਛਾ, ਹੋਰ ਕੀ ਆ, ਰਾਤ ਨੂੰ ਫਸਟ ਏਡ ਦੇਣ ਲਈ ਵੀ ਕੁਛ ਨਹੀਂ ਹੈਗਾ? ਕੁਛ ਨਹੀਂ ਜੀ, ਲੈ ਇੱਥੇ ਨਾ ਕੋਈ ਡਿਸਪੈਂਸਰੀ ਨਾ ਕੋਈ ਪਸ਼ੂਆਂ ਦੀ ਡਿਸਪੈਂਸਰੀ ਨਾ ਸਾਡੇ ਪਿੰਡ ਕੁਛ ਕੁਛ ਤਾਂ ਹੋਵੇ, ਤੁਸੀਂ ਸਾਡੇ ਸੇਵੇ ਦੇਖ ਕੇ ਦਓ, ਕਦੀ 10 ਰੁਪਏ ਹੁੰਦੀ ਤਾਂ ਕਿਸੇ ਸਰਕਾਰ ਨੇ ਐਂ ਨਾ ਘਾਹ ਚੜਿਆ ਹੁੰਦਾ ਬਰਸਾਤ ਨੂੰ, ਲੇਬਰ ਲਾ ਕੇ ਬੰਦੇ ਸਾਫ ਕਰਨੇ ਤਾਂ ਫਿਰ ਡੈੱਡ ਬੋਡੀ ਫੂਕਦੇ ਆ, ਨਾ ਕੋਈ ਉੱਥੇ ਵਸੂਲਤ ਆ, ਕੋਈ ਨਾ ਕੋਈ ਲੈਣ, ਨਾ ਕੋਈ ਦੇਣ। ਹਾਂਜੀ, ਕੀ ਕਹਿਣਾ ਚਾਹੁੰਦੇ ਜੀ? ਫਾਰਮ ਭਰ ਦਿੰਦੇ ਆ, ਉੱਥੇ ਇੱਕ ਲੱਗਣਾ ਚਾਹੀਦੇ ਆ, ਇੱਥੇ ਆਏ ਹੈਗੇ ਟੋਭੇ ਦੇ ਲੱਗੇ, ਉਹਨੇ ਕਦੇ ਹੋਰ ਭੇਜੇ ਪਾਸੇ ਭੇਜਣਾ ਚਾਹੀਦਾ, ਭੇਜ ਸਕਦੀ ਪੰਚਾਇਤ, ਉਹ ਕਹਿੰਦੇ ਨਹੀਂ ਭੇਜਣੇ, ਇਹ ਕਿਹੜਾ ਕੰਮ ਹੋਇਆ ਸਾਨੂੰ ਤਾਂ ਇਹ ਨਹੀਂ ਸਮਝ ਆ, ਟੋਭੇ 'ਚ ਉੱਥੇ ਕਿੰਨਾ ਕੁ ਕੰਮ ਕਰਨਾ ਆ, ਇਹ ਵੀ ਹੋਣਾ ਚਾਹੀਦਾ, ਜਿੱਥੇ ਨਰੇਗਾ ਪੰਚਾਇਤ ਜਿੱਥੇ ਆਹ ਪੱਠਾ ਬੰਨੇ ਵੱਢਣ, ਇਹ ਨਰੇਗਾ ਵੱਢ ਸਕਦੀ ਆ, ਉਹ ਕਹਿੰਦੇ ਇਹ ਕੰਮ ਨਹੀਂ ਕਰਨਾ, ਜਿੱਥੇ ਫਾਰਮ ਭਰ ਹੋਏ ਉੱਥੇ ਹੀ ਲੱਗਣਾ ਆ। ਹਾਂ, ਇਹ ਵੀ ਕੰਮ ਹੋਣਾ ਚਾਹੀਦਾ ਆ। ਹੋਰ ਭਾਈ ਸਾਹਿਬ, ਤੁਸੀਂ ਕੁਛ ਕਹਿਣਾ ਚਾਹੋਗੇ ਗਰਾਊਂਡ ਨੂੰ ਲੈ ਕੇ, ਬੱਚਿਆਂ ਦੇ ਖੇਡਾਂ ਨੂੰ ਲੈ ਕੇ, ਬੱਚਿਆਂ ਦੀ ਪੜ੍ਹਾਈ ਦੀ ਵਿਵਸਥਾ ਨੂੰ ਲੈ ਕੇ ਕਹਿਣਾ ਚਾਹੋਗੇ? ਸਾਬਕਾ ਮੈਂਬਰ ਵਾ ਜੀ, ਅਤੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਹੈ ਜੀ, ਪਹਿਲਾਂ ਸਾਡੇ ਰੋਡ ਬਣ ਜਾਵੇ ਆਹ, ਉਹ ਤੋਂ ਬਾਅਦ ਪੁਲ ਦੀ ਵਿਵਸਥਾ ਹੋਣੀ ਚਾਹੀਦੀ ਹੈ, ਜ਼ਿਲ੍ਹੇ ਪਾਣੀ ਆਉਂਦਾ ਨਾ ਤਾਂ ਕਿਸੇ ਬਿਮਾਰ ਬੰਦੇ ਨੂੰ ਬੰਦਾ ਕਿਤੇ ਲਿਜਾ ਸਕਦਾ, 2-4 ਘੰਟੇ ਵਾਸਤੇ ਸਾਰਾ ਕੰਮ ਰੁਕ ਜਾਂਦਾ, ਉਹ ਤੋਂ ਬਾਅਦ ਇੱਥੇ ਪੁਲ ਜ਼ਰੂਰ ਬਣਨਾ ਚਾਹੀਦਾ, ਘੱਟੋ ਘੱਟ 15-20 ਪਿੰਡ ਜਿਹੜੇ ਦੇ ਪਿੱਛੇ ਦੇ ਆ ਉਹ ਸਾਰਿਆਂ ਨੂੰ ਇਹ ਹੀ ਲਾਂਘਾ ਆ, ਸਾਰਾ ਹੀ ਕੰਮ ਰੁਕ ਜਾਂਦਾ, ਪੁਲ ਜ਼ਰੂਰੀ ਆ, ਸਭ ਤੋਂ ਜ਼ਰੂਰੀ ਪੁਲ ਆ। ਜਿੱਦਾਂ ਭਾਈ ਸਾਹਿਬ ਵੱਲੋਂ ਦੱਸਿਆ ਗਿਆ ਕਿ ਮੁਹੱਲਾ ਕਲੀਨਿਕ ਡਿਸਪੈਂਸਰੀ ਪਿੰਡ 'ਚ ਨਹੀਂ ਹੈ, ਅਤੇ ਫਿਰ ਕਿੱਥੇ ਜਾਂਦੇ ਹੋ ਇਲਾਜ ਕਰਾਉਣ ਵਾਸਤੇ? ਚੱਬੇ ਵਾਲੇ ਜਾਣਾ ਪੈਂਦਾ ਜੀ, ਚੱਬੇ ਵਾਲ ਹੈਗੀ ਆ, ਚੱਬੇ ਵਾਲ ਹੈਗੀ ਆ। ਅਤੇ ਲੋੜ ਹੈਗੀ ਪਿੰਡ ਦੇ ਵਿੱਚ ਇੱਦਾਂ ਦੀ ਸੁਵਿਧਾ ਹੋਵੇ? ਹਾਂਜੀ, ਜ਼ਰੂਰਤ ਤਾਂ ਹੈਗੀ ਆ ਜੀ, ਸੁਵਿਧਾ ਹੋਣੀ ਚਾਹੀਦੀ ਡਿਸਪੈਂਸਰੀ। ਕੋਈ ਆਧਾਰ ਕਾਰਡ ਜਾਂ ਰਾਸ਼ਨ ਕਾਰਡ ਜਾਂ ਕੋਈ ਹੋਰ ਸਰਕਾਰੀ ਡਾਕੂਮੈਂਟਸ ਨੇ, ਉਹਨਾਂ ਨੂੰ ਅਪਗ੍ਰੇਡ ਕਰਾਉਣ ਲਈ ਕਿੱਥੇ ਜਾਓਗੇ? ਇੱਥੇ ਹੈਗਾ ਕੋਈ ਸੁਵਿਧਾ ਕੇਂਦਰ, ਸੇਵਾ ਕੇਂਦਰ ਬਣਿਆ? ਸੇਵਾ ਕੇਂਦਰ ਚੱਬੇ ਵਾਲ ਹੀ ਆ ਜੀ। ਅੱਛਾ, ਉਹ ਵੀ ਚੱਬੇ ਵਾਲੀ? ਹਾਂਜੀ, ਚੱਬੇ ਵਾਲ। ਕੀ ਅਪੀਲ ਕਰਨੀ ਚਾਹੁੰਦੇ ਸਰਕਾਰ ਨੂੰ? ਅਪੀਲ ਇਹੀ ਹੈ ਜੀ ਸਾਡੀ, ਤਾਂ ਇੱਕ ਰੋਡ ਦਾ ਮਸਲਾ ਹੱਲ ਹੋ ਜਾਵੇ, ਇੱਕ ਪੁਲ ਬਣ ਜਾਵੇ, ਬੱਚਿਆਂ ਨੂੰ ਰੁਜ਼ਗਾਰ ਦਾ ਕੋਈ ਨਾ ਕੋਈ ਪ੍ਰਬੰਧ ਜ਼ਰੂਰੀ ਹੈ। ਸਭ ਤੋਂ ਮੇਨ ਗੱਲ ਦਾ ਜੀ, ਬੱਚਿਆਂ ਨੂੰ ਰੁਜ਼ਗਾਰ ਦਾ, ਜਿਹੜੇ ਪੜ੍ਹੇ ਲਿਖੇ ਆ ਨਾ, ਕੋਈ ਉਹਨਾਂ ਨੂੰ ਵਿਚਾਰਿਆਂ ਨੂੰ ਮਾਣ ਭੱਤਾ ਤੱਕ ਨਹੀਂ ਮਿਲਦਾ, ਡਿਗਰੀਆਂ ਕਰਕੇ ਬੈਠੇ ਆ, ਕੋਈ ਮੁਹਰੇ ਉਹਦਾ ਰੁਜ਼ਗਾਰ ਦਾ ਸਾਧਨ ਦੇਣ ਜ਼ਰੂਰੀ ਹੈ। ਜੇ ਸਾਡੇ ਕੋਲ ਬੱਚੇ ਲੱਗੇ ਵੀ ਆ ਪ੍ਰਾਈਵੇਟ ਆ ਬਿਜਲੀ ਮਹਿਕਮੇ 'ਚ ਮਾੜੇ ਮੋਟੇ, ਤਾਂ ਉਹਨਾਂ ਨੂੰ ਪੱਕੇ ਨਹੀਂ ਕੋਈ ਕਰ ਰਿਹਾ, ਉਹਨਾਂ ਨੂੰ ਪੱਕੇ ਕੀਤਾ ਜਾ, ਬੱਚਿਆਂ ਦਾ ਰੁਜ਼ਗਾਰ ਹੋਣਾ ਜ਼ਰੂਰੀ ਹੈ।
ਪਰ ਸਰਕਾਰ ਤਾਂ ਕਹਿ ਰਹੀ ਨੌਕਰੀ ਦਿੱਤੀਆਂ ਜਾ ਰਹੀਆਂ ਨੇ, ਸਾਡੇ ਤਾਂ ਨੌਕਰੀ ਹੈ ਨਹੀਂ ਜੀ ਕਿਤੇ ਵੀ। ਪ੍ਰਾਈਵੇਟ ਵਾ ਦੋ ਕੁ ਮੁੰਡੇ ਸਾਡੇ ਪਿੰਡ ਦੇ ਲੱਗੇ, ਉਹ ਵੀ ਵਿਚਾਰੇ ਪੱਕੇ ਨਹੀਂ, ਕੋਈ ਵੀ ਸਾਡੇ ਰੁਜ਼ਗਾਰ ਦਾ ਸਾਧਨ ਹੈ ਨਹੀਂ, ਕੋਈ ਸਰਕਾਰ ਨਹੀਂ, ਕੋਈ ਸੁਣਾਈ ਨਹੀਂ ਕਰਦੀ ਸਰਕਾਰ, ਜਿੰਨਾ ਮਰਜ਼ੀ ਰੌਲਾ ਪਾਈ ਆ, ਬਸ ਇਹਨਾਂ ਦਾ ਬੂਟਾ ਲੈ ਕੇ ਚੱਲ ਜਾਣਾ, ਬਾਅਦ ਦੇ ਵਿੱਚ ਕੋਈ ਨਹੀਂ ਵੜਦਾ। ਸਰਕਾਰ ਤਾਂ ਕਹਿੰਦੀ ਕੋਈ ਇੱਕ ਕੋਈ ਬੰਦਾ ਕੋਈ ਰੇਹੜੀ ਵੀ ਲਾ ਲਏ ਤਾਂ ਉਹ ਵੀ ਰੁਜ਼ਗਾਰ ਹੀ ਹੈ ਜੀ। ਰੇਹੜੀ ਤਾਂ ਤਦੇ ਲਾਊਗਾ ਜੇ ਅਗਲੇ ਕੋਲ 4 ਪੈਸੇ ਹੋਊਗੇ, ਗਰੀਬ ਬੰਦੇ ਕੋਲ ਤਾਂ 4 ਪੈਸੇ ਵੀ ਨਹੀਂ, ਰੇਹੜੀ ਲਾਉਣ ਜੋਗੇ ਵੀ ਇਹਨੇ, ਉਹਦਾ ਵੀ ਕੋਈ ਸਾਧਨ ਹੋਣਾ ਚਾਹੀਦਾ, ਉਹ ਵੀ ਕਿਤੇ ਮੇਨ ਰੋਡ 'ਤੇ ਜਾ ਕੇ ਕਿਤੇ ਕਿਤੇ ਕਾਰੋਬਾਰ ਲਏ ਵੀ ਕੋਈ ਨਾ ਕੋਈ ਪੈਸਾ ਤਾਂ ਜ਼ਰੂਰੀ ਹੋਈ ਚਾਹੀਦਾ। ਹੁਣ ਜਿਹੜੀ ਗੱਲ ਨਸ਼ਿਆਂ ਦੀ, ਮੁੰਡੇ ਇਸੇ ਕਰਕੇ ਨਸ਼ਿਆਂ ਨੂੰ ਤੁਰਦੇ ਆ, ਜਿਹੜੇ ਰੁਜ਼ਗਾਰ ਕੋਈ ਨਹੀਂ ਮਿਲਦਾ ਪੜ੍ਹ ਲਿਖ ਕੇ ਤਾਂ ਫਿਰ ਪੁੱਠੇ ਕੰਮਾਂ ਨੂੰ ਤੁਰ ਪੈਂਦੇ, ਉਹਦੇ ਨਾਲ ਹੀ ਸਾਡੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ। ਰੁਜ਼ਗਾਰ ਬਣੇ, ਉਹਨਾਂ ਦਾ ਰੋਟੀ ਦਾ ਸਾਧਨ ਬਣੇ, ਬੱਚਿਆਂ ਦੇ ਕੱਲ੍ਹ ਨੂੰ ਵਿਆਹ ਹੋਣੇ ਆ ਤਾਂ ਕਿੱਥੋਂ ਆਊਗਾ ਫਿਰ ਪੈਸਾ, ਉਹਨਾਂ ਨੂੰ ਸਾਧਨ ਹੋਊਗਾ ਤਾਂ ਤਦੇ ਉਹਨਾਂ ਦਾ ਵਿਆਹ ਹੋਊਗਾ, ਤਦੇ ਵਧੀਆ ਜ਼ਿੰਦਗੀ ਜੀਣਗੇ। ਇਹ ਜਿਹੜਾ ਨਸ਼ੇ ਦਾ ਕਾਰਨ ਵੀ ਬੇਰੁਜ਼ਗਾਰੀ ਹੈ, ਬੇਰੁਜ਼ਗਾਰੀ ਕਰਕੇ ਨਿਆਣੇ ਨਸ਼ਿਆਂ ਨੂੰ ਤੁਰਦੇ ਪਏ, ਵਿਹਲਿਆਂ ਨੇ ਮਨ ਉਹਨਾਂ ਕੋਲ ਕਰਨਾ ਹੀ ਹੈ। ਪੜ੍ਹ ਲਿਖ ਕੇ ਵੀ ਕੋਈ ਨੌਕਰੀ ਨਹੀਂ, ਚਾਹੇ ਇੱਕ ਵੀ ਕਹਿ ਦੇਣ ਵੀ ਕੋਈ BA ਕਰ ਲਵੇ, ਭਾਵੇਂ BEd ਕਰ ਲਵੇ, ਪ੍ਰਾਈਵੇਟ ਕੋਈ 5-10 ਹਜ਼ਾਰ ਚਗਲਾ। ਲਓ ਜੀ ਇੱਕ ਹੋਰ ਮੰਗ ਆਈ ਆ ਪਿੰਡ ਵਾਸੀ ਵੱਲੋਂ। ਹਾਂਜੀ ਕੀ ਨਾਮ ਤੁਹਾਡਾ ਜੀ? ਅਸੀਂ ਤਾਂ ਕੁਛ ਨਹੀਂ ਬੋਲਣਾ, ਹਾਂਜੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਭਾਈ ਸਰਕਾਰ ਨੂੰ ਇਹ ਚਾਹੀਦਾ, ਜਿਹੜੀ 400 ਦੀ ਬੋਤਲ ਹੀ ਨਹੀਂ ਕਰ ਦਿੱਤੀ, 20 ਰੁਪਈਏ ਹੋਰ ਚੱਕ ਦਿੱਤੀ, 200 ਦੀ ਹੋਣੀ ਚਾਹੀਦੀ ਆ, ਆਮ ਬੰਦਾ ਨਸ਼ਿਆਂ ਤੋਂ ਬਚੂਗਾ। ਠੀਕ ਹੈ, ਬਾਕੀ ਨਸ਼ੇ ਨਾ ਕਰਨ, ਹੈ ਨਾ, ਖਾਲੀ ਦਾਰੂ ਪੀ ਜਾਣੇ ਤਾਂ ਆਮ ਖੁੱਲ੍ਹੇ ਹੀ ਹੈ, ਬਸ ਇੰਨਾ ਹੀ ਆਪਣਾ ਤਾਂ ਕਹਿਣਾ। ਅੱਗੇ ਜਦੋਂ ਭਗਵੰਤ ਮਾਨ ਸਰਕਾਰ ਨੇ ਸਸਤੀ ਕੀਤੀ ਸੀ ਦਾਰੂ, ਅਤੇ ਠੇਕਿਆਂ ਤੋਂ ਸਗੋਂ ਦੁੱਗਣਾ ਰਾਸ਼ੂ ਪੈ ਗਿਆ ਸੀ। ਹਾਂ ਉਹ ਵਧੀਆ ਕੀਤਾ ਸੀ, ਆਮ ਬੰਦਾ ਦਾਰੂ ਪੀਂਦਾ ਸੀ, ਦੂਜੇ ਨਸ਼ੇ ਵੱਲ ਨੂੰ ਨਹੀਂ ਸੀ ਕੋਈ ਦੇਖਦਾ, ਚਿੱਟਾ ਹੋਰ ਕੋਈ ਡੋਡੇ ਫੀਮ ਇੱਧਰ ਨੂੰ ਬੰਦੇ ਘੱਟ ਜਾਣੀ ਕਿ ਜਾਂਦੇ ਸੀ। ਤੁਹਾਡੇ ਪਿੰਡ 'ਚ ਹੈਗਾ ਠੇਕਾ ਕੋਈ? ਕੋਈ ਠੇਕਾ ਨਹੀਂ ਸਾਡੇ ਪਿੰਡ 'ਚ, ਹੋਣਾ ਚਾਹੀਦਾ ਨਹੀਂ, ਸਾਡੇ ਤਾਂ ਆਲੇ ਦੁਆਲੇ ਠੇਕੇ ਹੈਗੇ ਹੀ ਆ। ਹਾਂਜੀ ਭਾਈ ਸਾਹਿਬ, ਹਾਂਜੀ ਕੀ ਦਾਰੂ ਬਾਰੇ ਜ਼ਰੂਰ ਲਿਖਿਓ, ਕਿਉਂਕਿ ਘੱਟ ਤੋਂ ਘੱਟ ਯਾਨੀ ਕਿ 150-200 ਦੀ ਬੋਤਲ ਹੋਣੀ ਚਾਹੀਦੀ, ਜਿਹੜਾ ਆਮ ਬੰਦਾ ਗਰੀਬ ਬੰਦਾ ਉਹ ਪੀ ਸਕੇ, ਦੂਜੇ ਨਸ਼ੇ ਨਾ ਕਰਨ। ਸਾਡੀ ਤਾਂ ਇਹੀ ਆ, ਗਰੀਬ ਬੰਦੇ ਦੀ ਇਹੀ ਮੰਗ ਹੁੰਦੀ ਆ, 400 ਦੀ ਬੋਤਲ ਹੋ ਗਈ, ਇਹ ਪਹਿਲਾਂ 200 ਦੀ ਬੋਤਲ ਹੁੰਦੀ ਸੀ, ਬਸ ਸਾਡਾ ਪੀਣੀ ਕੋਈ ਜ਼ਰੂਰੀ ਆ। ਇਹਦੇ ਵਿੱਚ ਕੀ ਹੈਗਾ ਖਾਸੀਅਤ? ਨਹੀਂ ਜੇ ਬੰਦਾ ਫੀਮ ਡੋਡੇ ਚਿੱਟਾ ਨਾ ਖਾਣ ਦੇ ਕਰਕੇ ਫਿਰ ਅਗਲਾ ਚਲੋ 50-100 ਰੁਪਏ ਦੀ ਪੀ ਕੇ ਤਾਂ ਆਪਣੇ ਉਹਦਾ ਸਰ ਜਾਂਦਾ ਆ, ਤਾਂ ਨਸ਼ੇੜੀ ਤਾਂ ਕਹਿਣਗੇ ਚਿੱਟਾ ਸਸਤਾ ਕਰ ਦਿਓ। ਨਹੀਂ ਨਹੀਂ ਅਸੀਂ ਦਾਰੂ ਵੇਲੇ ਕਹਾਂਗੇ, ਅਸੀਂ ਬਾਕੀ ਨਸ਼ਿਆਂ ਬਾਰੇ ਨਹੀਂ ਕੁਛ ਵੀ ਕਹਿ ਸਕਦੇ। ਹਾਂਜੀ ਮਹਾਰਾਜ ਆਈ ਤਾਂ ਕਹਿੰਦੇ ਕਿ ਸਾਡੇ ਪਿੰਡ ਤੋਂ ਜ਼ਿਲ੍ਹੇ 'ਚ ਉਹ ਚੜ੍ਹ ਜਾਂਦੇ ਆ, ਨਹੀਂ ਰਾਤ ਤਾਂ ਸਾਰੇ ਬੰਦ ਹੋ ਜਾਂਦੇ ਆ, ਬੇਕਾਰ ਲਹਿੜੀ ਵਾਲੀ ਸੜਕ ਵਾ ਜਿਹੜੀ ਇਹ ਪੱਕੀ ਹੋ ਜਾਵੇ, ਕਿਲੋ ਕੁ ਮੀਟਰ ਆ ਮੋਹਰੇ ਪੱਕੀ ਲੱਗ ਜਾਂਦੀ ਲਹਿੜੀ ਨੂੰ। ਹਾਂਜੀ ਅੱਛਾ, ਦੋਨੋਂ ਪਾਸੇ ਰੋਡ ਜਿਹੜੀ ਜਾਂਦੀ, ਦੋਨੋਂ ਹੀ ਤੁਹਾਡੀਆਂ ਰੋਡ? ਫਿਰ ਜੀ ਇੱਧਰ ਵੀ ਚੋਈਆਂ ਚੜ੍ਹ ਜਾਂਦੀਆਂ, ਜੁਰਲੀ ਵਾਲਾ ਜਾਓ ਤਾਂ ਵੀ ਚੋਈਆਂ ਚੜ੍ਹ ਜਾਂਦੀਆਂ। ਇਹ ਇੱਕ ਰੋਡ ਪੱਧਰ ਹੈਗਾ ਮੋਹਰੇ ਲਹਿੜੀ ਤੋਂ ਜੈਣ ਦੇ ਕੋਲ, ਉਹ ਗੁਰਦੁਆਰੇ ਦੇ ਕੋਲ ਪੁਲ ਹੈਗਾ ਉੱਥੇ, ਇੱਥੋਂ ਜੀ ਸਾਧਨ ਹੈਗਾ ਆ ਵੀ ਇੱਥੋਂ ਲੰਘ ਜਾਊਗੇ, ਕੋਈ ਬਿਮਾਰ ਹੋ ਜਾਵੇ ਕੁਛ ਹੋ ਜਾਵੇ ਐਮਰਜੈਂਸੀ, ਕਿੱਥੇ ਲਿਜਾਣਾ ਜੀ, ਅਤੇ ਨਿਆਣੇ ਇੱਥੇ ਖੇਤਾਂ 'ਚ ਡਿੱਗਦੇ ਆ ਲੈ ਕੇ ਜਾਂਦੇ, ਫਿਰ ਗਾਰਾ ਚਿੱਕੜ ਹੈਗਾ ਆ, ਅਸੀਂ ਕਹਿੰਦੇ ਹਾਂ ਕਿ ਸੜਕ ਪੱਕੀ ਹੋ ਜਾਵੇ ਤਾਂ ਖਰਾ ਆ, ਭਾਵਾਂ ਜੀ ਇੱਟਾਂ ਦੀ ਬਣ ਜਾਵੇ ਭਾਵਾਂ ਲੁੱਕ ਦੀ ਬਣ ਜਾਵੇ ਉਹ ਨਹੀਂ ਕੋਈ ਗੱਲ, ਅਤੇ ਨਾਂਘਾ ਹੋ ਜਾਊਗਾ ਨਾ, ਕੋਈ ਵੀ ਬਿਮਾਰ ਠਮਾਰ ਹੋ ਜਾਂਦਾ ਨਾ ਤਾਂ ਸੜਕ ਸਾਨੂੰ ਜ਼ਰੂਰੀ ਬਣ ਜਾਵੇ, ਫਿਰ ਇੱਧਰ ਮੋਹਰੇ ਪੁਲ ਵੀ ਹੈਗਾ, ਚਲੋ ਉੱਧਰ ਪੁਲ ਰਸਤੇ ਵੀ ਨਿਕਲ ਹੋ ਸਕਦਾ।
ਇੱਧਰੋਂ ਜਿਲ੍ਹੇ ਕੋਈ ਵੀ ਰੁਕਾਵਟ ਪੈਂਦੀ ਫਿਰ ਮੋਹਰੀ ਪੁਲ ਹੈਗਾ ਵਾ ਸਾਡੇ ਰਾਜਣੀ ਮਾਤਾ ਮੋਹਰੀ ਬਣਿਆ ਇੱਥੇ ਚੱਬਿਆਂ ਨੂੰ ਜਾ ਸਕਦਾ ਇਹ ਸੜਕ ਸਾਡੀ ਜ਼ਰੂਰੀ ਹੈ ਅਤੇ ਬਾਕੀ ਬੱਚਿਆਂ ਬਾਅਦ ਅਸੀਂ ਤਾਂ ਸਰਕਾਰ ਨੂੰ ਇੱਕੋ ਅਪੀਲ ਕਰਾਂਗੇ ਵੀ ਪੜ੍ਹੇ ਲਿਖੇ ਬੱਚਿਆਂ ਦਾ ਰੁਜ਼ਗਾਰ ਦਾ ਸਾ ਪ੍ਰਬੰਧ ਜ਼ਰੂਰ ਕੀਤਾ ਜਾਵੇ ਕੋਈ ਫੈ ਇੰਡਸਟਰੀ ਸਾਡੇ ਹੁਸ਼ਿਆਰਪੁਰ 'ਚ ਕੋਈ ਇੰਨੀ ਇੰਡਸਟਰੀ ਹੈ ਨਹੀਂ ਜਿੰਨੀ ਲੁਧਿਆਣੇ ਦੇਖੋ ਕਿੰਨੀ ਕੁਛ ਵੀ ਹੈ ਪ੍ਰਾਈਵੇਟ ਨੇ ਰੁਜ਼ਗਾਰ ਦਾ ਜ਼ਰੂਰ ਆ ਇਹ ਚੀਜ਼ਾਂ ਜ਼ਰੂਰੀ ਹੈ ਜੀ ਸੋ ਇਹ ਸਰ ਪਿੰਡ ਬਰਸੋਵਾਲ ਦੇ ਪਿੰਡ ਵਾਸੀ ਅਤੇ ਪੰਚਾਇਤ ਮੈਂਬਰ ਜਿਨ੍ਹਾਂ ਵੱਲੋਂ ਸਰਕਾਰ ਕੋਲ ਅਪੀਲ ਕੀਤੀ ਗਈ ਹੈ ਕਿ ਪਿੰਡ ਵਿੱਚ ਹੈਲਥ ਨੂੰ ਦੇਖਦੇ ਹੋਏ ਡਿਸਪੈਂਸਰੀ ਜਾਂ ਮੁਹੱਲਾ ਕਲੀਨਿਕ ਖੋਲ੍ਹੀ ਜਾਵੇ ਅਤੇ ਦੂਸਰੀ ਜਿਹੜੀ ਗੱਲ ਕੀਤੀ ਗਈ ਹੈ ਪੁਲ ਦੀ ਜਿਹੜਾ ਚੋਹ ਇੱਥੋਂ ਵਗਦਾ ਬਰਸਾਤਾਂ ਦੇ ਵਿੱਚ ਲਗਭਗ 10 ਕੁ ਦੇ ਪਿੰਡ ਪ੍ਰਭਾਵਿਤ ਹੁੰਦੇ ਨੇ ਅਤੇ ਇੱਥੋਂ ਲੰਘਣਾ ਇਹਨਾਂ ਵਾਸਤੇ ਮੁਸ਼ਕਲ ਹੋ ਜਾਂਦਾ ਜਿਸ ਕਰਕੇ ਪਿੰਡ ਵਾਸੀਆਂ ਵੱਲੋਂ ਇੱਕ ਪੁਲ ਦੀ ਮੰਗ ਕੀਤੀ ਗਈ ਹੈ ਅਤੇ ਕਾਫੀ ਚਿਰ ਤੋਂ ਕੀਤੀ ਵੀ ਜਾ ਰਹੀ ਹੈ ਜੋ ਅਜੇ ਤੱਕ ਇਹਨਾਂ ਦੀ ਮੰਗ ਪੂਰੀ ਨਹੀਂ ਹੋਈ ਸੋ ਸਰਕਾਰ ਨੂੰ ਇਹਨਾਂ ਦੀ ਮੰਗ ਨੂੰ ਜਾਇਜ਼ ਰੱਖਦਿਆਂ ਹੋਇਆਂ ਜਲਦ ਤੋਂ ਜਲਦ ਇਹਨਾਂ ਦੀ ਮੰਗ ਪੂਰੀ ਕੀਤੀ ਜਾਣੀ ਚਾਹੀਦੀ ਹੈ GBC ਅਪਡੇਟ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਨਵਨੀਤ ਸਿੰਘ ਚੀਮਾ ਧੰਨਵਾਦ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education, where tradition meets modernity. Our state-of-the-art campus and world-class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar. Discover your potential.